स्टार हॉस्पिटल जालंधर पिछले हफ्ते आए थे अपने वाइफ ने चेक कराने अल्ट्रासाउंड प्रॉब्लम निकली थी उनसे तो उन्होंने डायग्नोज किया और बताया कि फाइब्रॉइड की प्रॉब्लम है जबकि असं पहले भी दवाई खा चुके हैं 6-7 महीने तो सानू कोई फर्क नहीं लगे साडा वेट हम बहुत वधिया फील कर रहे हैं इतों का जो जो भी स्टाफ हैगा सानू बहुत वधिया कोऑर्डिनेट किया इन्होंने तो ਸਾਰਿਆਂ ਨੂੰ ਮੈਂ ਅਵਿਨਾਸ਼ ਕੁਮਾਰ ਡਿਸਟ੍ਰਿਕਟ ਉਨਾ ਹਿਮਾਚਲ ਪ੍ਰਦੇਸ਼ ਤੋਂ ਮੈਂ ਸਟਾਰ ਹੋਸਪਿਟਲ ਜਲੰਧਰ ਪਿਛਲੇ ਹਫ਼ਤੇ ਆਇਆ ਸੀ ਆਪਣੀ ਵਾਈਫ ਨੂੰ ਚੈੱਕ ਕਰਾਉਣ ਲਈ ਉਹਨਾਂ ਨੂੰ ਅਲਟਰਾਸਾਊਂਡ ਦੀ ਪ੍ਰੋਬਲਮ ਨਿਕਲੀ ਸੀ ਅਸੀਂ ਦੀਪ ਕੌਰ ਜੀ ਅਤੇ ਉਹਨਾਂ ਨੇ ਡਾਇਗਨੋਸਟ ਕੀਤਾ ਔਰ ਬਤਾਇਆ ਕਿ ਇਹ ਫਾਈਬਰੋਇਡ ਦੀ ਪ੍ਰੋਬਲਮ ਹੈ ਅਤੇ ਇਹਨੂੰ ਰਿਮੂਵ ਵੀ ਕਰਾਉਣਾ ਪੈਣਾ ਹੈ ਜਦਕਿ ਅਸੀਂ ਪਹਿਲੇ ਵੀ ਦਵਾਈ ਖਾ ਚੁੱਕੇ ਹਾਂ 6-7 ਮਹੀਨਿਆਂ ਤੋਂ ਸਾਨੂੰ ਕੋਈ ਫਰਕ ਨਹੀਂ ਲੱਗਿਆ ਕਿਸੇ ਹੋਰ ਹੋਸਪਿਟਲ ਤੋਂ ਅਤੇ ਅਸੀਂ ਫਿਰ ਕਿਸੇ ਨੇ ਸਾਨੂੰ ਦੱਸਿਆ ਕਿ ਜਲੰਧਰ ਹੋਸਪਿਟਲ ਦੇ ਸਟਾਰ ਹੋਸਪਿਟਲ 'ਤੇ ਜਾਓ ਅਤੇ ਉੱਥੇ ਬਹੁਤ ਹੀ ਵਧੀਆ ਸਟਾਫ ਔਰ ਡਾਕਟਰਸ ਹੈਗੇ ਨੇ ਅਤੇ ਆਪਾਂ ਆ ਕੇ ਇੱਥੇ ਵਿਜ਼ਿਟ ਕੀਤੀ ਚੈੱਕ ਕਰਵਾਇਆ ਮੈਡਮ ਜੀ ਨੇ ਉਹਨਾਂ ਨੇ ਸਾਨੂੰ ਗਾਈਡ ਕੀਤਾ ਕਿ ਫਾਈਬਰੋਇਡ ਤੁਹਾਨੂੰ ਰਿਮੂਵ ਕਰਵਾਉਣੀ ਪੈਣੀ ਹੈ ਅਤੇ ਆਪਾਂ ਤੀਸਰੇ ਦਿਨ ਫਿਰ ਆਏ ਹਾਂ ਰਿਮੂਵ ਕਰਵਾ ਲਈ ਹੈ ਰਸੋਈ ਸਾਡਾ ਵੇਟ ਹੁਣ ਬਹੁਤ ਵਧੀਆ ਫੀਲ ਕਰ ਰਿਹਾ ਇੱਥੋਂ ਦਾ ਜੋ ਜੋ ਵੀ ਸਟਾਫ ਹੈਗਾ ਸਾਨੂੰ ਬਹੁਤ ਵਧੀਆ ਕੋਆਰਡੀਨੇਟ ਕੀਤਾ ਇਹਨਾਂ ਨੂੰ ਅਤੇ ਦਵਾਈਆਂ ਵਗੈਰਾ ਸਭ ਕੁਛ ਅਵੇਲੇਬਲ ਅੰਦਰ ਹੀ ਆ ਰੂਮਸ ਕੋਈ ਵੀ ਪ੍ਰੋਬਲਮ ਨਹੀਂ ਸਾਨੂੰ ਆਪਣੇ ਇੱਥੇ ਆ ਕੇ ਅਤੇ ਮੈਂ ਸਭ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਅਗਰ ਇੱਦਾਂ ਦਾ ਸਟਾਫ ਔਰ ਹੋਸਪਿਟਲ ਵਧੀਆ ਤਰੀਕੇ ਨਾਲ ਟ੍ਰੀਟ ਕਰੇ ਤਾਂ ਸਾਰੇ ਇੱਥੇ ਵਿਜ਼ਿਟ ਕਰਨ ਆ ਕੇ ਉਹ ਜਿਹਨੇ ਜਿਹਨੂੰ ਪ੍ਰੋਬਲਮ ਹੈ ਉਹ ਉਹਨਾਂ ਦੀ ਪ੍ਰੋਬਲਮ ਜਿਹੜੀ ਹੈ ਰਿਜ਼ੋਲਵ ਕਰਦੇ ਨੇ ਸਾਰੇ ਇੱਥੇ ਡਾਕਟਰ ਅਤੇ ਉਹਨਾਂ ਦਾ ਸੁਭਾਅ ਬਹੁਤ ਚੰਗਾ ਹੈ ਜਿੰਨੀ ਵਾਰੀ ਵੀ ਤੁਸੀਂ ਕੁਛ ਪੁੱਛਦੇ ਹਾਂ ਤਾਂ ਕਦੇ ਵੀ ਗੁੱਸਾ ਨਹੀਂ ਹੁੰਦੇ ਹੈਗੇ ਅਤੇ ਮੈਂ ਸਭ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਲਾਸਟ ਵਿੱਚ ਕਿ ਇਹ ਹੋਸਪਿਟਲ ਬਹੁਤ ਵਧੀਆ ਜਿਹਨਾਂ ਨੂੰ ਇਹ ਪ੍ਰੋਬਲਮ ਹੈ ਇਹਦੇ ਰਿਲੇਟਡ ਕੋਈ ਵੀ ਸਰਜਰੀ ਜਾਂ ਹਾਰਮੀਆਂ ਵਗੈਰਾ ਵਗੈਰਾ ਹੈ ਅਤੇ ਇੱਥੇ ਆ ਕੇ ਵਿਜ਼ਿਟ ਕਰੋ ਧੰਨਵਾਦ।